ਤੇਰਿਆ ਭਗਤਾਂ ਕੋ ਬਲਿਹਾਰਾ ਤੇਰਿਆ ਭਗਤਾਂ ਕੋ ਬਲਿਹਾਰਾ ਤੇਰਿਆਂ ਭਗਤਾਂ ਤੋਂ ਬਲਿਹਾਰਾ ਤੇਰਿਆਂ ਭਗਤਾਂ ਤੋਂ ਬਲਿਹਾਰਾ ਹਾਣ ਸੁਹਾਵਾ ਸਦਾ ਪ੍ਰਭ ਤੇਰਾ ਸਦਾ ਪ੍ਰਭ ਤੇਰਾ ਰੰਗ ਤੇਰੇ ਕੁਦਰਤ ਤੂੰ ਹੈ ਜਾਣੇ ਔਰ ਨਾ ਦੂਜਾ ਜਾਣੇ ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੇ ਪਛਾਣੇ ਕਿਸਨੋ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੇ ਪਛਾਣੇ ਤੇਰਿਆਂ ਭਗਤਾਂ ਕੋ ਬਲਿਹਾਰਾ ਤੇਰਿਆਂ ਭਗਤਾਂ ਵਾਹਿਗੁਰੂ 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 ਵਾਹਿਗੁਰੂ
ਅਰਜ ਕੋ ਸਾਰੀਆਂ ਭੈਣਾਂ ਬੋਲੋ ਸਾਰੇ ਨੀ ਜੇ ਬੋਲ ਰਹੇ ਸੰਗਤ ਜ਼ਿਆਦਾ ਆਵਾਜ਼ ਘੱਟ ਤੇਰਾ ਸੋਈ ਤੁਧ ਭਾਵੇ ਜਿਸਨੂੰ ਤੂੰ ਰੰਗ ਕਰਦਾ ਤੂੰ ਵੱਡਦਾ ਨਾ ਤੂੰ ਵੱਡਦਾ ਨਾ ਔਰ ਨਹੀਂ ਕੋ ਦੂਜਾ ਤੂੰ ਸਮਰੱਥ ਸੁਆਮੀ ਮੇਰਾ ਹੋ ਕਿਆ ਜਾਣਾ ਤੇਰੀ ਪੂਜਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਖੰਭ ਤੇਰਾ ਹੈ ਭਾਣਾ ਕੌ ਨਾਨਕ ਟੈ ਪਿਆ ਦੁਆਰੇ ਰੱਖ ਲੈ ਉਹ ਮੁਗਦ ਅਜਾਣਾ ਰੱਖ ਲੈ ਉਹ ਮੁਗਦ ਅਜਾਣਾ ਵਾਹਿਗੁਰੂ
سمندرن لوک گئو پر لوک گوائیو باس کیو بکھیان سو بیٹھ کے ایسے ہی ایسے سو بیس بتائیو ساتھ کہوں سن لےو سبے جن پریم کیو انہیں پرب پائیو سنگت بولو جی تن گرو نانک 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 دنیا تے سب تو مہنگی داد کیڑی کہندے جے چاتی ماریے تے سب تو مہنگی دات جے پریما بھگتی ایدے تو تے کچھ بھی نہیں ماں پرکھ بچن کر دے سی تو بھی منگے تے یہی منگیا کر کے مینوں پریما بھگتی ملی شری گرو امر داس جی دے وی بچن نے مہاراج جیاں دے سیوا دو طرح دے لوکی کردے اے اک نیمی ہوندے نے اک پریمی ہوندے پر ستگرہ دے بچن نے کہ نیمی نالوں پریمی دی سیوا وڈی ہے
ਜਿਹਦੇ ਕੋਲ ਪ੍ਰੇਮਾ ਭਗਤੀ ਹੈ ਇੱਕ ਵਾਰੀ ਨਾਰਦ ਮੁਨੀ ਜੀ ਨੇ ਵੇਖਿਆ ਇੱਕ ਭਗਤ ਭਗਤੀ ਕਰ ਰਹੇ ਹੈ ਤੇ ਪਰਮੇਸ਼ਰ ਉਹਨੂੰ ਕਹਿ ਰਹੇ ਹੈ ਤੇਰੀ ਭਗਤੀ ਪੂਰੀ ਹੋ ਗਈ ਇਹ ਕੁਝ ਮੰਗ ਲੈ ਭਗਤ ਸਿਆਣਾ ਸੀ ਉਹਨੇ ਹੱਥ ਜੋੜ ਕੇ ਪਰਮੇਸ਼ਰ ਕੋਲੋਂ ਪਤਾ ਕੀ ਮੰਗਿਆ ਕਹਿੰਦਾ ਪਰਮੇਸ਼ਰ ਜੀ ਮੈਨੂੰ ਕਿਨਕਾ ਪ੍ਰੇਮ ਦਾ ਦੇ ਦਿਓ ਪਰਮੇਸ਼ਰ ਕਹਿੰਦੇ ਭਗਤਾ ਪ੍ਰੇਮ ਨੂੰ ਰਹਿਣ ਦੇ ਧੀਆਂ ਪੁੱਤਰ ਮੰਗ ਲੈ ਪੋਤੇ ਪੋਤਰੀਆਂ ਮੰਗ ਲੈ ਦੋਤੇ ਦੋਤਰੀਆਂ ਮੰਗ ਲੈ ਰਿਸ਼ਤੇਦਾਰੀ ਬਰਾਦਰੀ ਵਧੀਆ ਮੰਗ ਲੈ ਉਹਨੇ ਹੱਥ ਜੋੜ ਕੇ ਆਖਿਆ ਨਹੀਂ ਪਰਮੇਸ਼ਰ ਜੀ ਰੱਬ ਜੀ ਮੈਨੂੰ ਪ੍ਰੇਮ ਦਾ ਕਿਨਕਾ ਦੇ ਦਿਓ ਧੀਆਂ ਪੁੱਤਰ ਨਹੀਂ ਚਾਹੀਦੇ ਪਰਮੇਸ਼ਰ ਕਹਿੰਦੇ ਧੀਆਂ ਪੁੱਤ ਨਹੀਂ ਚਾਹੀਦੇ ਤੇ ਪ੍ਰੇਮ ਕਿਉਂ ਮੰਗ ਰਹੇ ਮਾਇਆ ਮੰਗ ਧਰਤੀ ਦੀ ਜਿੰਨੀ ਦੌਲਤ ਮੈਂ ਤੈਨੂੰ ਦੇ ਦਿਆਂਗਾ ਧਰਤੀ ਤੇ ਜਿੰਨਾ ਸੋਨਾ ਹੀਰੇ ਜਵਾਹਰਾਤ ਸਾਰੇ ਤੈਨੂੰ ਦੇ ਦਿਆਂਗਾ ਪ੍ਰੇਮ ਰਹਿਣ ਦੇ ਉਹ ਸਿਆਣਾ ਸੀ ਉਹਨੇ ਹੱਥ ਜੋੜੇ ਕਹਿੰਦਾ ਨਹੀਂ ਪਰਮੇਸ਼ਰ ਜੀ ਮੈਨੂੰ ਪ੍ਰੇਮ ਦਾ ਕਿਨਕਾ ਦਿਓ ਕਹਿੰਦੇ ਪ੍ਰੇਮ ਚ ਕੀ ਪਿਆ ਇੰਨੇ ਸੁੱਖ ਨੇ ਕਾਰਾਂ ਕੋਠੀਆਂ ਜ਼ਮੀਨਾਂ ਜਾਇਦਾਦਾਂ ਇਹ ਮੰਗ ਭਗਤ ਅੜ ਗਿਆ ਕਹਿੰਦਾ ਨਹੀਂ ਪਰਮੇਸ਼ਰ ਜੀ ਮੈਨੂੰ ਤੇ ਕਿਨਕਾ ਪ੍ਰੇਮ ਦਾ ਦਿਓ ਤੇ ਹੁਣ ਸੁਣਿਓ ਰੱਬ ਨੇ ਖੀਰਲੀ ਚੀਜ਼ ਕਹੀ ਕਹਿੰਦੇ ਜਿਹਨਾਂ ਨੂੰ ਮਾਇਆ ਨਹੀਂ ਚਾਹੀਦੀ ਕੋਠੀਆਂ ਕਾਰਾਂ ਬੰਗਲੇ ਨਹੀਂ ਚਾਹੀਦੇ ਤਾਕਤ ਸਾਰੇ ਮੰਗਦੇ ਹੈ ਪਾਵਰ ਸਾਰੇ ਮੰਗਦੇ ਹੈ ਮੈਂ ਤੈਨੂੰ ਰਾਜ ਭਾਗ ਦੇਣਾ ਤੈਨੂੰ ਨਗਰ ਦਾ ਰਾਜਾ ਬਣਾ ਦਾਂਗਾ ਸ਼ਹਿਰ ਦਾ ਰਾਜਾ ਬਣਾ ਦਾਂਗਾ ਦੇਸ਼ ਦਾ ਰਾਜਾ ਬਣਾ ਦੇਣਾ ਜੇ ਤੂੰ ਕਵੇਂ ਸਾਰੀ ਸ੍ਰਿਸ਼ਟੀ ਦਾ ਵੀ ਰਾਜਾ ਬਣਾ ਦਿਆਂਗਾ ਪਰ ਪ੍ਰੇਮਾ ਭਗਤੀ ਛੱਡ ਦੇ ਕਿਨਕਾ ਛੱਡ ਦੇ ਉਹਨੇ ਹੱਥ ਜੋੜੇ ਕਹਿੰਦਾ ਨਹੀਂ ਮੈਨੂੰ ਤੇ ਪ੍ਰੇਮ ਦਾ ਕਿਨਕਾ ਦੇ ਹੁਣ ਇਹ ਜੋ ਵਾਰਤਾਲਾਪ ਹੋ ਰਹੀ ਸੀ ਨਾ ਨਾਰਦ ਮੁਨੀ ਸੁਣ ਰਹੇ ਸੀ ਨਾਰਦ ਮੁਨੀ ਪਤਾ ਕੀ ਕਹਿੰਦੇ ਕਹਿੰਦੇ ਭਗਵਾਨ ਉਹ ਵਿਚਾਰਾ ਕਿਨਕਾ ਮੰਗ ਰਿਹਾ ਨਾਰਦ ਮੁਨੀ ਭਗਵਾਨ ਨੂੰ ਕਹਿੰਦੇ ਤੁਸੀਂ ਕਿਨਕਾ ਦਿਓ ਤੇ ਗਲੋਂ ਲਾਓ ਤੁਸੀਂ ਉਹਨੂੰ ਕਿੰਨੀ ਦੇਰ ਹੋ ਗਈ ਕਦੀ ਉਹਨੂੰ ਕਹਿੰਦੇ ਧੀਆਂ ਪੁੱਤ ਲੈ ਕਦੀ ਰਾਜ ਭਾਗ ਕਦੀ ਮਾਇਆ ਕਦੀ ਕੋਠੀਆਂ ਕਾਰਾਂ ਜ਼ਮੀਨਾਂ ਤੁਸੀਂ ਸਾਰਾ ਕੁਝ ਉਹਨੂੰ ਕਹਿਤਾ ਉਹ ਇੱਕੋ ਗੱਲ ਤੇ ਅੜੇ ਆ ਵੀ ਪ੍ਰੇਮ ਦਿਓ ਕਿਨਕਾ ਤੇ ਪ੍ਰੇਮ ਦਿਓ ਤੇ ਗਲੋਂ ਲਾਓ ਤੁਸੀਂ ਇੰਨਾ ਕੁਝ ਕਿਉਂ ਦਿੰਦੇ ਪਏ ਹੋ ਤੇ ਹੁਣ ਸੁਣਿਓ ਰੱਬ ਕੀ ਕਹਿੰਦਾ ਕਹਿੰਦਾ ਨਾਰਦ ਮੁਨੀ ਜਿਹੜੀਆਂ ਮੈਂ ਉਹਨੂੰ ਚੀਜ਼ਾਂ ਕਹਿੰਦਾ ਪਿਆ ਵਾ ਨਾ ਮੈਂ ਉਹਨੂੰ ਦੇ ਕੇ ਤੇ ਗਲੋਂ ਹੀ ਲਾਨਾ ਪਿਆ ਪਰ ਉਹ ਗਲੋਂ ਲੱਥਦਾ ਨਹੀਂ ਪਿਆ ਗੱਲ ਨੂੰ ਸਮਝੋ ਜਿਹੜੀ ਸ਼ੈ ਉਹ ਮੰਗ ਰਿਹਾ ਨਾ ਉਹਦੇ ਨਾਲ ਉਹ ਮੇਰੇ ਗਲੋਂ ਨਹੀਂ ਲੱਥਣਾ ਸਾਰੀ ਉਮਰ ਦਾ ਮੈਨੂੰ ਉਹਦਾ ਬਣਨਾ ਪੈ ਜਾਣਾ ਆਖੋ ਉਹ ਧੀਆਂ ਪੁੱਤਰ ਮੰਗੇ ਮੈਂ ਦਵਾਂ ਤੇ ਮੇਰੇ ਗਲੋਂ ਲੱਥੇ ਉਹ ਮੰਗੇ ਮਾਇਆ ਦੇ ਭੰਡਾਰ ਮੈਂ ਮਾਇਆ ਦਵਾਂ ਤੇ ਉਹ ਮੇਰੇ ਗਲੋਂ ਲੱਥੇ ਉਹ ਮੰਗੇ ਰਾਜ ਭਾਗ ਕੋਠੀਆਂ ਕਾਰਾਂ ਬੰਗਲੇ ਮੈਂ ਦਵਾਂ ਤੇ ਮੇਰੇ ਗਲੋਂ ਲੱਥਦੇ ਪਰ ਤੈਨੂੰ ਨਹੀਂ ਪਤਾ ਨਾਰਦ ਮੁਨੀ ਜਿਹਨੂੰ ਪ੍ਰੇਮ ਦਾ ਕਿਨਕਾ ਦੇਣਾ ਪੈ ਜਾਂਦਾ ਉਹਦੇ ਗਲੋਂ ਨਹੀਂ ਲੱਥਿਆ ਜਾਂਦਾ ਉਹਦੇ ਪਿੱਛੇ ਪਿੱਛੇ ਫਿਰ ਮੈਨੂੰ ਉਹਦੀ ਨੌਕਰੀ ਕਰਨੀ ਪੈਂਦੀ ਹੈ ਆਖੋ ਇੱਕ ਲਾਓ ਜਿੰਨਾ ਕੋਲ ਪ੍ਰੇਮ ਦਾ ਕਿਨਕਾ ਹੁੰਦਾ ਹੈ ਰੱਬ ਨੂੰ ਵੀ ਉਹਨਾਂ ਦੀ ਨੌਕਰੀ ਕਰਨੀ ਪੈਂਦੀ ਉਹ ਲੱਥਦੇ ਨਹੀਂ ਹੈਗੇ ਫਿਰ ਉਹਨਾਂ ਦੇ ਤੇ ਹਿਲਦੇ ਚ ਰੱਬ ਰਹਿੰਦਾ ਹੈ ਨਾਮਦੇਵ ਦੀ ਛੱਪੜੀ ਸੜ ਗਈ ਕਿੰਨੇ ਬਣਾਈ ਪਰਮੇਸ਼ਰ ਨੂੰ ਬਣਾਉਣੀ ਪਈ ਆਖੋ ਸਾਰੇ ਆਖੋ ਜੀ ਪਾੜ ਪੜੋਛਣ ਪੁੱਛ ਲੈ ਨਾਮਾ ਕਾਪੇ ਛਾਣ ਛਵਾਈ ਤੋਪੇ ਦੁਗਣੀ ਮਜ਼ੂਰੀ ਦੇ ਮੁੱਕ ਬੇਡੀ ਦਿਓ ਬਤਾਈ
ਭਗਤਾਂ ਦੇ ਕੋਲ ਅੱਠੇ ਪੈਰ ਰੱਬ ਬੰਦਗੀ ਕਰਦਾ ਹੈ ਰੱਬ ਵੀ ਉਹਨਾਂ ਦੀ ਨੌਕਰੀ ਕਰਦਾ ਹੈ ਆਪਣੇ ਸੇਵਕ ਕੀ ਆਪੇ ਰਾਖੇ ਤੇ ਪਿਆਰ ਵਾਲਿਓ ਅੱਜ ਜਿਹੜਾ ਇਹ ਸਲਾਨਾ ਯੱਗ ਮਨਾ ਰਹੇ ਹੋ ਸਤਿਕਾਰਯੋਗ ਬਾਬਾ ਜਸਵਿੰਦਰ ਸਿੰਘ ਜੀ ਦਸੂਹੇ ਵਾਲੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਉਪਰਾਲਾ ਕਰ ਰਹੇ ਹੈ ਸਮੁੱਚੇ ਮਹਾਂਪੁਰਖਾਂ ਦਾ ਜੀਵਨ ਆਖੋ ਸਾਰੇ ਆਖੋ ਜੀ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਬਾਬਾ ਦਰਸ਼ਨ ਸਿੰਘ ਜੀ ਗੁੱਲੀ ਵਾਲੇ ਬਾਬਾ ਮਾਨ ਸਿੰਘ ਜੀ ਹੋਰ ਮਹਾਂਪੁਰਖਾਂ ਦੇ ਜੀਵਨ ਨੂੰ ਮਨਾ ਰਹੇ ਹੈ ਕਾਰਨ ਜਿਨ੍ਹਾਂ ਨੇ ਬੰਦਗੀ ਕੀਤੀ ਪ੍ਰੇਮਾ ਭਗਤੀ ਕੀਤੀ ਆਖੋ ਅੱਜ ਉਹਨਾਂ ਦੀਆਂ ਜੈ ਜੈਕਾਰ ਅੱਜ ਉਹਨਾਂ ਦੇ ਦਿਹਾੜੇ ਮਨਾਏ ਜਾਂਦੇ ਮੈਂ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਜੀਵਨ ਪੜ੍ਹ ਰਿਹਾ ਸਾਂ ਕਮਾਲ ਦੀ ਸ਼ਖਸੀਅਤ ਕਮਾਲ ਦੀ ਬੰਦਗੀ ਉਹਨਾਂ ਦੇ ਇਤਿਹਾਸ 'ਚ ਕੁਝ ਜ਼ਿਕਰ ਲੱਭਦੇ ਹੈ ਕਿੰਨੀ ਸਮਰਪਣ ਭਾਵਨਾ ਸੀ ਬਚਪਨ 'ਚ ਹੀ ਬਾਣੀ ਪੜ੍ਹਨ ਦਾ ਸ਼ੌਂਕ ਆਖੋ ਮੈਂ ਬਾਣੀ ਪੜ੍ਹਨੀ ਪੰਜ ਸਾਢੇ ਪੰਜ ਸਾਲ ਦੀ ਉਮਰ ਏ ਆਪਣੇ ਪਿਤਾ ਜੀ ਨੂੰ ਕਹਿੰਦੇ ਵੀ ਮੈਨੂੰ ਗੋਦੀ 'ਚ ਬਿਠਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਪਿਆ ਮੈਂ ਬਾਣੀ ਪੜ੍ਹਨੀ ਗ੍ਰੰਥੀ ਸਿੰਘ ਨੇ ਮਨਾ ਕਰਤਾ ਵੀ ਇਹ ਤੇ ਕੱਦ ਬੜਾ ਛੋਟਾ ਹੈ ਇਹ ਜਦੋਂ ਤਾਪਿਆ ਬੈਠਣਗੇ ਤੇ ਦਰਸ਼ਨ ਹੀ ਨਹੀਂ ਹੋਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਓਏ ਹੋਏ ਤੇ ਜਿਨ੍ਹਾਂ ਨੂੰ ਚਾਅ ਹੁੰਦਾ ਫਿਰ ਰੁਕਦੇ ਨਹੀਂ ਹੁੰਦੇ ਬਾਬਾ ਪ੍ਰੇਮ ਸਿੰਘ ਜੀ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਮੈਂ ਬੈਠਾਂਗਾ ਮੇਰਾ ਕੱਦ ਛੋਟਾ ਹੈ ਹਜੇ ਮੈਂ ਛੋਟਾ ਵਾਂ ਤਾਬਿਆਂ ਬੈਠਾਂਗਾ ਸਰੂਪ ਉੱਚਾ ਮੈਨੂੰ ਦਰਸ਼ਨ ਨਹੀਂ ਹੋਣੇ ਪੜ੍ਹਨੀ ਤੇ ਬਾਣੀ ਹੈ ਭਾਵੇਂ ਬਹਿ ਕੇ ਪੜ੍ਹ ਲਾਂ ਤੇ ਭਾਵੇਂ ਖਲੋ ਕੇ ਪੜ੍ਹ ਲਾਂ ਮੈਨੂੰ ਖਲੋ ਕੇ ਪੜ੍ਹਨ ਦੀ ਆਗਿਆ ਦਿਓ ਆਖੋ ਆ ਹੁੰਦਾ ਜੇ ਜੀਵਨ ਕਿੱਥੇ ਆਪਾਂ ਬੱਚਿਆਂ ਨੂੰ ਜ਼ੋਰ ਪਾ ਪਾ ਕੇ ਬਾਣੀ ਨਾਲ ਜੋੜਦੇ ਹਾਂ ਕਿੱਥੇ ਅੰਦਰੋਂ ਹੀ ਪ੍ਰੇਮ ਹੈ ਆਖੋ ਇਹਨੂੰ ਕਹਿੰਦੇ ਜੇ ਨਾਮ ਘਰਦਿਆਂ ਨੇ ਪ੍ਰੇਮ ਰੱਖਿਆ ਤੇ ਅੰਦਰ ਵੀ ਪ੍ਰੇਮ ਪ੍ਰੇਮ ਦੇ ਬੂਟੇ ਲੱਗੇ ਪਏ ਜਦੋਂ ਮਹਾਂਪੁਰਖਾਂ ਦੇ ਸੰਗਤ ਵਿੱਚ ਆਏ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦੀ ਤੇ ਮੈਂ ਜ਼ਿਕਰ ਪੜ੍ਹ ਰਿਹਾ ਸੀ ਕਹਿੰਦੇ ਇੱਕ ਵਾਰੀ ਰਾਤ ਨੂੰ ਆਰਾਮ 'ਚ ਨੇ ਬਾਬਾ ਪ੍ਰੇਮ ਸਿੰਘ ਜੀ ਕੰਨਾਂ ਵਿੱਚ ਆਵਾਜ਼ ਪੈ ਰਹੀ ਆਵਾਜ਼ ਕਾਹਦੀ ਇੰਜ ਲੱਗ ਰਿਹਾ ਕੋਈ ਬਾਣੀ ਪੜ੍ਹ ਰਿਹਾ ਤੇ ਨਾਲ ਕੋਈ ਆਵਾਜ਼ਾਂ ਆ ਰਹੀਆਂ ਕਹਿੰਦੇ ਬਾਬਾ ਪ੍ਰੇਮ ਸਿੰਘ ਜੀ ਉੱਠੇ ਉੱਠੇ ਤੇ ਚੈੱਕ ਕੀਤਾ ਆਵਾਜ਼ ਕਿੱਧਰੋਂ ਆ ਰਹੀ ਸੁਣਿਆ ਚੈੱਕ ਕਰਦਿਆਂ ਕਰਦਿਆਂ ਆਵਾਜ਼ ਵਾਲੇ ਪਾਸੇ ਗਏ ਤੇ ਇੱਕ ਕਮਰੇ 'ਚੋਂ ਆਵਾਜ਼ ਆ ਰਹੀ ਸੀ ਜਦੋਂ ਕਮਰੇ ਦੇ ਅੰਦਰ ਗਏ ਤੇ ਕੀ ਵੇਖਦੇ ਨੇ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਨਾਲ ਚੱਕੀ ਪੀਂਦੇ ਪਏ ਨੇ ਤੇ ਨਾਲ ਬਾਣੀ ਪੜ੍ਹ ਰਹੇ ਪਹਿਲੇ ਸਮੇਂ ਚੱਕੀਆਂ ਘਰ ਆਪ ਪੀਂਦੇ ਹੁੰਦੇ ਸੀ ਕਹਿੰਦੇ ਸੰਤ ਪ੍ਰੇਮ ਸਿੰਘ ਜੀ ਹੋਰਾਂ ਨੇ ਵੇਖਿਆ ਅੱਖਾਂ ਬੰਦ ਨੇ ਮਹਾਂਪੁਰਸ਼ਾਂ ਨੂੰ ਨਾਲ ਬਾਣੀ ਪੜ੍ਹ ਰਹੇ ਅੱਖਾਂ ਬੰਦ ਨੇ ਨਾਲ ਚੱਕੀ ਪੀਂਦੇ ਪਏ ਤੇ ਕਹਿੰਦੇ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਆਪਣੇ ਹੱਥ ਨਾਲ ਫੜ ਲਏ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦੇ ਨਾਲ ਹੱਥ ਫੜ ਕੇ ਤੇ ਚੱਕੀ ਪੀਸਣ ਲੱਗ ਪਏ ਤੇ ਹੁਣ ਸੰਤ ਪ੍ਰੇਮ ਬਿਸ਼ਨ ਸਿੰਘ ਜੀ ਹੋਰਾਂ ਨੇ ਜਦੋਂ ਨੇਤਰ ਖੋਲ੍ਹੇ ਤੇ ਸੰਗਤ ਜੀ ਧਿਆਨ ਦੇਣਾ ਜਦੋਂ ਨੇਤਰ ਖੋਲ੍ਹੇ ਤੇ ਕੀ ਵੇਖਦੇ ਨੇ ਵੀ ਇਹ ਬੱਚਾ ਨਾਲ ਕਹਿੰਦੇ ਪੁੱਤਰ ਤੂੰ ਕਿੱਧਰ ਆਇਆ ਤੇ ਸੰਤ ਪ੍ਰੇਮ ਸਿੰਘ ਜੀ ਪਤਾ ਕੀ ਕਹਿੰਦੇ ਕਹਿੰਦੇ ਬਾਬਾ ਜੀ ਮੈਨੂੰ ਵੀ ਸੇਵਾ ਦਿਓ ਤੁਸੀਂ ਬਾਣੀ ਵੀ ਪੜ੍ਹ ਰਹੇ ਹੋ ਤੁਸੀਂ ਚੱਕੀ ਵੀ ਚਲਾ ਰਹੇ ਹੋ ਤੁਹਾਡੇ ਨਾਲ ਮੈਂ ਵੀ ਸੇਵਾ ਕਰਨੀ ਚਾਹੁੰਦਾ ਵਾਂ ਤੇ ਕਹਿੰਦੇ ਅੱਗੋਂ ਬਾਬਾ ਬਿਸ਼ਨ ਸਿੰਘ ਜੀ ਕਹਿੰਦੇ ਫਿਰ ਚੰਗਾ ਤੂੰ ਰਾਤੀ ਆ ਜਾਇਆ ਕਰ ਤੂੰ ਸੇਵਾ ਕਰਿਆ ਕਰ ਹੌਲੀ ਹੌਲੀ ਕਹਿੰਦੇ ਚੱਕੀ ਪੀਸਣ ਦੀ ਸੇਵਾ ਬਾਬਾ ਪ੍ਰੇਮ ਸਿੰਘ ਜੀ ਹੋਰਾਂ ਨੂੰ ਮਿਲ ਗਈ ਹੁਣ ਰੋਜ਼ ਬਾਬਾ ਪ੍ਰੇਮ ਸਿੰਘ ਜੀ ਚੱਕੀ ਪੀਂਦੇ ਨੇ ਤੇ ਨਾਲ ਪਾਣੀ ਪੜਦੇ ਹੈ ਤੇ ਕਈ ਸਾਲਾਂ ਬਾਅਦ ਕਹਿੰਦੇ ਅੱਜ ਬਾਬਾ ਬਿਸ਼ਨ ਸਿੰਘ ਜੀ
ਕੰਨਾਂ 'ਚ ਆਵਾਜ਼ ਬਾਣੀ ਦੀ ਇੰਨੀ ਮਿੱਠੀ ਪੈ ਰਹੀ ਏ ਕਹਿੰਦੇ ਵੇਖ ਕੇ ਆਵਾਂ ਇੰਨੀ ਮਿੱਠੀ ਬਾਣੀ ਪੜਨ ਦੇ ਐ ਪ੍ਰੇਮ ਸਿੰਘ ਦਿਲ ਕਰ ਰਿਹਾ ਮੈਂ ਵੀ ਇਹਨੂੰ ਦੇਖ ਕੇ ਆਵਾਂ ਦਰਸ਼ਨ ਕਰਕੇ ਆਵਾਂ ਕਿਉਂ ਕਿਉਂਕਿ ਜਿਹੜੇ ਰੱਬ ਦੇ ਪਿਆਰਿਆਂ ਨੂੰ ਰੱਬੀ ਬਾਣੀ ਬੜੀ ਮਿੱਠੀ ਲੱਗਦੀ ਜੇ ਤੇ ਕਹਿੰਦੇ ਜਦੋਂ ਆਏ ਤੇ ਤੁਸੀਂ ਹੈਰਾਨ ਹੋਵੋਗੇ ਗੱਲ ਸੁਣ ਕੇ ਜਕਾਰਾ ਲਾਣਾ ਕਹਿੰਦੇ ਬਾਬਾ ਬਿਸ਼ਨ ਸਿੰਘ ਜੀ ਅੰਦਰ ਆਏ ਤੇ ਕੀ ਵੇਖਦੇ ਨੇ ਚੌਂਕੜਾ ਵੱਜਾ ਹੋਇਆ ਸੰਤ ਪ੍ਰੇਮ ਸਿੰਘ ਜੀ ਦੀਆਂ ਅੱਖਾਂ ਬੰਦ ਨੇ ਕਹਿੰਦੇ ਜੁੜ ਕੇ ਬਾਣੀ ਪੜਦੇ ਪਏ ਨੇ ਤੇ ਹੱਥ ਵੀ ਨਹੀਂ ਲਾ ਰਹੇ ਚੱਕੀ ਆਪਣੇ ਆਪ ਚੱਲੀ ਜਾ ਰਹੀ ਹੈ ਜੀ ਹੁਣ ਕਹਿੰਦੇ ਚੱਕੀ ਕੌਣ ਚਲਾ ਰਹੇ ਕਿਉਂਕਿ ਰੱਬ ਨੂੰ ਵਸ ਕੀਤਾ ਰੱਬ ਚੱਕਰੀ ਕਰਦਾ ਆਪ ਹੁਣ ਆਪ ਬਾਣੀ ਪੜ ਰਹੇ ਹੈ ਤੇ ਮਹਾਂਪੁਰਖ ਬਚਨ ਕਰਦੇ ਸੀ ਉਦੋਂ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਸੇਵਾ ਬਖਸ਼ੀ ਸੀ ਕਹਿੰਦੇ ਦੋ ਚੱਕੀਆਂ ਆਪੇ ਚੱਲੀਆਂ ਸਨ ਇੱਕ ਬਾਬਰ ਦੀ ਜੇਲ੍ਹ 'ਚ ਗੁਰੂ ਨਾਨਕ ਦੀ ਤੇ ਇੱਕ ਚੱਕੀ ਅੱਜ ਪ੍ਰੇਮ ਸਿੰਘ ਦੀ ਚੱਲ ਰਹੀ ਹੈ ਜਿਹੜਾ ਰੱਬ ਚਲਾ ਰਿਹਾ ਪੜ੍ਹੋ ਜੀ ਸਾਰੇ ਰੱਬ ਵਸ ਭਗਤਾਂ ਨੇ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਮਹਾਂਪੁਰਖਾਂ ਨੇ ਆਪਣੇ ਅਸਥਾਨ ਦੀ ਸੇਵਾ ਬਾਬਾ ਪ੍ਰੇਮ ਸਿੰਘ ਜੀ ਹੋਰਾਂ ਨੂੰ ਦੇ ਦਿੱਤੀ
ਕਈਆਂ ਨੇ ਕਿਹਾ ਉਮਰ ਛੋਟੀ ਹੈ ਪਰ ਇੱਕ ਗੱਲ ਸਮਝਣਾ ਗੁਰਮਤ ਵਿੱਚ ਉਮਰ ਦਾ ਤਕਾਜ਼ਾ ਨਹੀਂ ਹੁੰਦਾ ਆਖੋ ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ 12 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਨੇ ਕਹਿਤਾ ਸੀ ਉਮਰ ਨਿੱਕੀ ਏ ਪਰ ਗੱਲਾਂ ਮੂੜੇ ਵਾਲੀ ਔਰ ਜਦੋਂ ਸੇਵਾ ਮਿਲੀ ਸੰਤ ਬਾਬਾ ਪ੍ਰੇਮ ਸਿੰਘ ਜੀ ਹੋਰਾਂ ਨੂੰ ਲਿਖਿਆ ਇਤਿਹਾਸ ਚ ਕਹਿੰਦੇ ਜਦੋਂ ਅਸਥਾਨ ਤੇ ਆਏ ਤੇ ਕੀ ਗੱਦੀ ਲਾ ਲਈ ਨਹੀਂ ਜਦੋਂ ਅਸਥਾਨ ਤੇ ਆਏ ਕੀ ਤਖਤ ਤੇ ਲਾ ਲਿਆ ਮੰਜੀ ਤੇ ਬਹਿ ਗਏ ਨਹੀਂ ਕਹਿੰਦੇ ਆ ਕੇ ਤੇ ਸਿੱਧਾ ਜੋੜਿਆਂ ਚ ਬੈਠੇ ਆਖੋ ਸਾਰੇ ਆਖੋ ਜੀ ਸੰਗਤ ਜੀ ਸਾਧੂ ਦੀ ਕਮਾਈ ਬੋਲਦੀ ਹੈ ਜੋੜਿਆਂ ਚ ਬੈਠ ਗਏ ਬੜਿਆਂ ਨੇ ਕਿਹਾ ਮਹਾਂਪੁਰਸ਼ੋ ਤੁਹਾਨੂੰ ਸੇਵਾ ਮਿਲੀ ਤੁਸੀਂ ਇੱਥੇ ਕਿਉਂ ਬੈਠੇ ਹੋ ਤੇ ਹੁਣ ਗੱਲ ਨੂੰ ਸਮਝਣਾ ਮਹਾਂਪੁਰ ਕਮਾਈ ਵਾਲੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਪਤਾ ਕੀ ਕਹਿੰਦੇ ਕਹਿੰਦੇ ਤੁਸੀਂ ਸਾਨੂੰ ਕਹਿੰਦੇ ਜੋੜਿਆਂ ਚ ਕਿਉਂ ਬੈਠੇ ਹੋ ਇਹ ਸਾਰੀ ਕਿਰਪਾ ਸੰਗਤ ਦੇ ਜੋੜਿਆਂ ਕਰਕੇ ਤੇ ਹੋਈ ਆ ਹੁੰਦੀ ਹੈ ਕਮਾਈ ਆ ਹੁੰਦੀ ਨਿਮਰਤਾ ਦੁਨਿਆਵੀ ਬੰਦੇ ਚ ਤੇ ਜਪਣ ਵਾਲੇ ਚ ਫਰਕ ਜੇ ਦੁਨਿਆਵੀ ਬੰਦੇ ਨੂੰ ਕੋਈ ਚੀਜ਼ ਮਿਲ ਜੇ ਨਾ ਤੇ ਐਂ ਛਾਤੀ ਚੋੜੀ ਕਰ ਲੈਂਦਾ ਹੁਣ ਮੈਂ ਵੇਖਦਾ ਵਾਂ ਉਹਦੀ ਤੋਰ ਬਦਲ ਜੇਗੀ ਗੱਡੀ 5-7 ਲੱਖ ਦੀ ਪਹਿਲੇ ਹੋਵੇ ਬਾਅਦ ਚ ਲੈ ਲੈ ਨਾ 20 ਲੱਖ ਦੀ ਤੇ ਉਹਦੀ ਤੋਰ ਬਦਲ ਜੇਗੀ ਦੁਨਿਆਵੀ ਬੰਦੇ ਜੀ ਮਹੱਲੇ ਨੂੰ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਹੁਣ ਮੇਰੇ ਕੋਲ 20 ਲੱਖ ਵਾਲੀ ਕਾਰ ਏ ਪਰ ਜਿਹੜਾ ਗੁਰਮੁਖ ਹੁੰਦਾ ਹੈ ਨਾ ਮਹਾਂਪੁਰਖ ਕਮਾਈ ਵਾਲੇ ਉਹਨਾਂ ਨੂੰ ਕੋਈ ਦਾਤ ਮਿਲੇ ਤੇ ਕਹਿੰਦੇ ਉਸ ਰੁੱਖ ਵਾਂਗੂ ਹੋਰ ਝੁਕਦੇ ਜਾਂਦੇ ਨੇ ਜਿਹੜੇ ਰੁੱਖਾਂ ਨੂੰ ਫਲ ਲੱਗੇ ਹੁੰਦੇ ਆ ਆਖੋ ਸਾਰੇ ਆਖੋ ਜੀ ਗੱਲ ਨੂੰ ਸਮਝਣਾ ਆਪਾਂ ਵੀ ਆ ਗਿਆਨ ਲੈਣਾ ਜਿਨ੍ਹਾਂ ਦੇ ਦਿਹਾੜੇ ਬੀਤੇ ਨੇ 19 ਤਰੀਕ ਨੂੰ ਮਹਾਰਾਜ ਜੀ ਦੇ ਗੁਰਪੁਰਬ ਬੀਤੇ ਨੇ ਇੱਕ ਵਾਰੀ ਸਾਰੇ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਆਖੋ ਧੰਨ ਗੁਰੂ ਰਾਮਦਾਸ ਜੀ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਜਦੋਂ ਗੁਰਿਆਈ ਮਿਲੀ ਤੁਹਾਡੇ ਸਾਹਮਣੇ ਹੈ ਇਤਿਹਾਸ ਚੌਰ ਝੁੱਲ ਰਹੇ ਆ ਛੱਤਰ ਝੁੱਲ ਰਹੇ ਆ ਲੱਖਾਂ ਲੋਕ ਮੱਥੇ ਟੇਕ ਰਹੇ ਆ ਮਾਇਆ ਗਹਿਣੇ ਅਰਪਿਤ ਹੋ ਰਹੇ ਆ ਪਰ ਗੁਰੂ ਰਾਮਦਾਸ ਜੀ ਨੇ ਮਨ ਕਿੱਥੇ ਰੱਖਿਆ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ ਨਿਮਰਤਾ ਰੱਖੀ ਕਿ ਮਹਾਰਾਜ ਮੈਂ ਤੇ ਉਹੀਓ ਨੀਵਾਂ ਮੈਂ ਤੇ ਉਹੀਓ ਨਿਮਾਣਾ ਗਲੀਆਂ ਗਲੀਆਂ ਚ ਰੁਲਦਾ ਫਿਰਦਾ ਸਾਂ ਕਿ ਤੁਸੀਂ ਕਿਰਪਾ ਕੀਤੀ ਮੈਨੂੰ ਥਾਪ ਦਿੱਤਾ ਆਖੋ ਸੰਗਤ ਜੀ ਆ ਨਿਮਰਤਾ ਗੁਰਮਤ ਤੇ ਨਿਮਰਤਾ ਸਿਖਾ ਕਿੱਡੀ ਨਿਮਰਤਾ ਸੀ ਜੇ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਮਿਲਣ ਆਏ ਨੇ ਉਹਨਾਂ ਨੂੰ ਉੱਚੇ ਆਸਣ ਤੇ ਬਿਠਾਇਆ ਆਪ ਨੀਵੇਂ ਬੈਠੇ ਤੇ ਬਾਬਾ ਸ਼੍ਰੀ ਚੰਦ ਜੀ ਨਾ ਚੈੱਕ ਕਰਨ ਆਏ ਸਨ ਕਹਿੰਦੇ ਵੇਖੀਏ ਸਹੀ ਨਿਮਰਤਾ ਕਿੰਨੀ ਉਹਨਾਂ ਤਾਨਾ ਮਾਰ ਕੇ ਗਿਆ ਸੀ ਕਹਿੰਦੇ ਏਡਾ ਲੰਬਾ ਦਾਲਾ ਕਿਉਂ ਵਧਾਇਆ ਜੇ ਤੇ ਗੁਰੂ ਰਾਮਦਾਸ ਜੀ ਦੀ ਨਿਮਰਤਾ ਚੈੱਕ ਕੀਤੀ ਤੇ ਸੰਗਤ ਜੀ ਤਾਨੇ ਦਾ ਜਵਾਬ ਹਰ ਕੋਈ ਦੇ ਦਿੰਦਾ ਪਰ ਯਾਦ ਰੱਖਣਾ ਗੁਰਮਤਿ ਨਹੀਂ ਸਿਖਾਉਂਦੀ ਪਲਟ ਕੇ ਜਵਾਬ ਦੇ ਗੱਲ ਨੂੰ ਸਮਝੇ ਗੁਰਮਤਿ ਨਹੀਂ ਕਹਿੰਦੀ ਤੁਹਾਨੂੰ ਕੋਈ ਇੱਕ ਗਾਲ ਕੱਢੇ ਚਾਰ ਗਾਲਾਂ ਸਾਰਿਆਂ ਨੂੰ ਆਉਂਦੀਆਂ ਕੋਈ ਵੱਡੀ ਗੱਲ ਨਹੀਂ ਹੈਗੀ ਤੁਹਾਨੂੰ ਗਾਲ ਕੱਢੀ ਤੂੰ ਵੀ ਕੱਢਦੀ ਕਹਿੰਦੇ ਗਾਲ ਤੇ ਹਰੇਕ ਨੂੰ ਕੱਢਣੀ ਆਉਂਦੀ ਹੈ ਤਾਨੇ ਦਾ ਜਵਾਬ ਹਰੇਕ ਨੂੰ ਦੇਣਾ ਆਉਂਦਾ ਹੈ ਪਰ ਮਹਾਂਪੁਰ ਕਹਿੰਦੇ ਸਨ ਜਿਹੜਾ ਸਹਿਜ ਆਵੇ ਉਹ ਵੱਡਾ ਹੁੰਦਾ ਸੰਤ ਅਤਰ ਸਿੰਘ ਜੀ ਮਸਤੂਆਂ ਵਾਲੇ ਕਹਿੰਦੇ ਸਨ ਕਿਸੇ ਦਾ ਬੋਲ ਕਬੋਲ ਸਹਾਰ ਲੈਣਾ ਉਹ ਤੱਪਾ ਸਿਰ ਤੱਪ ਹੁੰਦਾ ਜੇ ਸਹਿਣ ਵਾਲਾ ਵੱਡਾ ਜਵਾਬ ਦੇਣ ਵਾਲਾ ਵੱਡਾ ਨਹੀਂ ਗੁਰੂ ਰਾਮਦਾਸ ਜੀ ਨੂੰ ਤਾਨਾ ਮਾਰਿਆ ਬਾਬਾ ਸ਼੍ਰੀ ਚੰਦ ਜੀ ਨੇ
ਏਡਾ ਲੰਮਾ ਦਾੜਾ ਕਿਉਂ ਵਧਾਇਆ ਤੇ ਦੇਖੋ ਗੁਰੂ ਰਾਮਦਾਸ ਜੀ ਦੀ ਨਿਮਰਤਾ ਆਪਣਾ ਦਾੜਾ ਫੜਿਆ ਤੇ ਉਹਨਾਂ ਦੇ ਚਰਨ ਫੜ ਕੇ ਝਾੜ ਕੇ ਪਤਾ ਕੀ ਕਹਿੰਦੇ ਕਹਿੰਦੇ ਆਪ ਜੀ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਆਖੋ ਸਾਰੇ ਆਖੋ ਜੀ ਤੇ ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਕਹੇ ਸੀ ਕਹਿੰਦੇ ਭਾਈ ਲਹਿਣਾ ਜੀ ਗੁਰਿਆਈ ਲੈ ਗਏ ਸੇਵਾ ਕਰਕੇ ਤੇ ਤੁਸੀਂ ਗੁਰਿਆਈ ਲੈ ਗਏ ਉਹ ਨਿਮਰਤਾ ਕਰਕੇ ਆਖੋ ਤੇ ਬਾਬਾ ਪ੍ਰੇਮ ਸਿੰਘ ਜੀ ਵੀ ਬਾਬਾ ਬਿਸ਼ਨ ਸਿੰਘ ਜੀ ਕੋਲੋਂ ਸੇਵਾ ਲੈ ਕੇ ਨਿਮਰਤਾ ਕਰਕੇ ਆ ਕੇ ਜੋੜਿਆਂ 'ਚ ਬਹਿ ਕੇ ਕਹਿਤਾ ਕਹਿੰਦੇ ਇਹਨਾਂ ਜੋੜਿਆਂ ਦੀ ਸੇਵਾ ਦੇ ਸਦਕੇ ਹੀ ਇਹਨਾਂ ਸੰਗਤ ਦੇ ਜੋੜਿਆਂ ਕਰਕੇ ਹੀ ਸਾਨੂੰ ਸੇਵਾ ਮਿਲੀ ਏ ਅਸੀਂ ਤਾਂ ਜੋੜਿਆਂ 'ਚ ਬੈਠੇ ਹਾਂ ਮਨ ਨੂੰ ਹੋਮੇ ਨਾ ਆ ਜਾਏ ਕਿ ਮੈਂ ਕੁਝ ਬਣ ਗਿਆ ਮਨ ਨੂੰ ਚੇਤਾ ਰਵੇ ਮਨਾ ਤੂੰ ਨੀਵਾਂ ਹੀ ਰਹਿ ਆਖੋ ਸਾਰੇ ਆਖੋ ਜੀ ਸੋ ਆਓ ਅੱਜ ਬਾਬਾ ਪ੍ਰੇਮ ਸਿੰਘ ਜੀ ਤੇ ਹੋਰ ਮਹਾਂਪੁਰਸ਼ਾਂ ਦੇ ਦਿਹਾੜੇ ਮਨਾਏ ਜਾ ਰਹੇ ਆ ਸੰਗਤ ਜੀ ਜਿੰਨੇ ਬੈਠੇ ਆ ਉਹਨਾਂ ਦੇ ਪਿਆਰ ਵਿੱਚ ਮਹਾਂਪੁਰਖਾਂ ਦੇ ਜੀਵਨ ਤੋਂ ਆਪਾਂ ਵੀ ਗਿਆਨ ਲਈਏ ਸਾਡਾ ਮਨ ਵੀ ਬਾਣੀ ਪੜ੍ਹਨ ਨੂੰ ਕਰੇ ਨਿਮਰਤਾ ਵਿੱਚ ਰਹੀਏ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਤੋਂ ਗੁਣ ਗਿਆਨ ਲਈਏ ਆਓ ਹੁਣ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂਗੇ ਕੋਈ ਰਸਨਾ ਖਾਲੀ ਨਾ ਰਵੇ ਜੀ ਕਰੋ ਕਿਰਪਾ ਸਾਰੇ ਜੀ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪੱਕੇ ਡੋਰੀਆਂ ਪ੍ਰੇਮ ਦੀਆਂ ਪੱਕੇ ਸਤਿਕਾਰ ਵਜੋਂ ਦਿੱਤੀ ਏ ਇਹ ਤੁਹਾਡੀ ਦਿੱਤੀ ਮਾਇਆ ਦਾ ਇੱਕ ਇੱਕ ਪੈਸਾ ਬਾਬੇ ਨਾਨਕ ਦੀਆਂ ਮਿਹਰਾਂ ਨੇ ਸਾਡੇ ਮਹਾਂਪੁਰਸ਼ ਭਾਈ ਗੁਰੂ ਗੋਬਿੰਦ ਸਿੰਘ ਜੀ ਬੀਬੀ ਕੋਲਾ ਜੀ ਵਾਲੇ ਉਹਨਾਂ ਵੱਲੋਂ ਅਨੇਕਾਂ ਸੇਵਾਵਾਂ ਚੱਲ ਰਹੀਆਂ ਨੇ ਜਥਾ ਸਾਰਾ ਨਿਸ਼ਕਾਮ ਏ 19 ਸ਼ਹਿਰਾਂ 'ਚ ਬੀਬੀ ਕੋਲਾ ਜੀ ਭਲਾਈ ਕੇਂਦਰ ਚੱਲਦੇ ਨੇ ਜਿੱਥੇ ਗਰੀਬ ਵਿਧਵਾ ਬੀਬੀਆਂ ਦੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ 8-9 ਹਜ਼ਾਰ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਬੱਚੇ ਛੋਟੇ ਨੇ ਘਰ ਵਾਲੇ ਦੀ ਡੈਥ ਹੋ ਜਾਂਦੀ ਹੈ ਸਹੁਰੇ ਪੇਕੇ ਮਦਦ ਨਹੀਂ ਕਰਦੇ ਉਹਨਾਂ ਘਰ ਰੋਟੀ ਬਣਦੀ ਹੈ ਸਬਜ਼ੀ ਬਣਦੀ ਹੈ ਤੁਹਾਨੂੰ ਸੰਗਤ ਨੂੰ ਅਸੀਸਾਂ ਲੱਗਦੀਆਂ ਕਿਉਂਕਿ ਤੁਹਾਡੀ ਮਾਇਆ ਨਾਲ ਚੁੱਲ੍ਹੇ ਬਲ ਰਹੇ ਉਹਨਾਂ ਦੇ ਇਹਦੇ ਤੋਂ ਇਲਾਵਾ 3 ਹੋਸਪਿਟਲ 3 ਸਕੂਲ 3 ਸੰਸਥਾਵਾਂ 3 ਗੁਰਦੁਆਰਿਆਂ ਦੀ ਕਾਰ ਸੇਵਾ ਚੱਲ ਰਹੀ ਹੈ ਗੋਬਿੰਦ ਸਾਹਿਬ ਪੁੱਲਾ ਸਾਹਿਬ
ਚੰਬਾਲ ਬੀਬੀ ਵੀਰੋ ਜੀ ਦਾ ਗੁਰਦੁਆਰਾ ਤੇ ਇਹ ਸਾਰੀ ਮਾਇਆ ਜਿਹੜੀ ਏ ਬੰਦਾ ਕੋਈ ਵੀ ਕੁਝ ਨਹੀਂ ਕਰਦਾ ਸੰਸਾ ਕੋਈ ਵੀ ਕੁਝ ਨਹੀਂ ਕਰ ਸਕਦੀ ਸੰਗਤ ਕਾਮ ਤੇ ਹੁੰਦੀ ਏ ਤੁਸੀਂ ਜਿਹੜਾ ਕਿਨਕਾ ਕਿਨਕਾ ਦਿੰਦੇ ਹੋ ਤੁਸੀਂ 50 20 10 100 200 500 ਜੋ ਵੀ ਦਿੰਦੇ ਹੋ ਉਹ ਕਿਨਕਾ ਕਿਨਕਾ ਉਹ ਚ ਬਰਕਤ ਪੈ ਜਾਂਦੀ ਏ ਤੇ ਲੱਖਾਂ ਕਰੋੜਾਂ ਦੇ ਕਾਰਜ ਕਿਉਂਕਿ ਪਿਛਲੇ ਸਾਲ ਹੀ MRI ਮਸ਼ੀਨ ਲਾਈ ਸੀ 8-9 ਕਰੋੜ ਦੀ ਤੇ ਜਿਹੜੀ MRI ਬਾਹਰ 6-7 ਹਜ਼ਾਰ ਦੀ ਹੁੰਦੀ ਏ ਤੁਹਾਡੇ ਹਸਪੀਟਲ 'ਚ 2100 ਰੁਪਏ ਵਿੱਚ ਕੀਤੀ ਜਾਂਦੀ ਏ ਵੀ ਸੰਗਤ ਨੂੰ ਸੇਵਾ ਪਹੁੰਚੇ ਸੰਗਤ ਨੂੰ ਲਾਭ ਹੋਵੇ ਸੋ ਆਪ ਜੀ ਜਿੱਥੇ ਪਿਆਰ ਬਖਸ਼ੇ ਉੱਥੇ ਸੇਵਾ 'ਚ ਵੀ ਸਹਿਯੋਗ ਪਾਓ ਆਪਣਾ ਦਸਵੰਧ ਦੇ ਕੇ ਰਸੀਦ ਵੀ ਪ੍ਰਾਪਤ ਕਰ ਸਕਦੇ ਹੋ ਇਹ ਸਾਰੀ ਮਾਇਆ ਇਹਨਾਂ ਕਾਰਜਾਂ 'ਚ ਮੇਰੇ ਮਹਾਰਾਜ ਜੀ ਵਰਤਾਉਂਦੇ ਨੇ ਆਓ ਸਮਾਪਤੀ ਕਰੀਏ ਜੀ ਰੱਬ ਵਾਸ ਭਗਤਾ ਸੇਵਾ ਪ੍ਰਵਾਨ ਕਰਨੀ ਹੋਈਆਂ ਬੇਅੰਤ ਆਦੀਆਂ ਬੇਅਦੀਆਂ ਗਲਤੀਆਂ ਭੁੱਲਾਂ ਨਾ ਚਿਤਾਰਨਾ ਇਸ ਅਸਥਾਨ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਸਾਰੇ ਪ੍ਰਬੰਧ ਦਾ ਅਤੀ ਸਤਿਕਾਰਯੋਗ ਬਾਬਾ ਜਸਵਿੰਦਰ ਸਿੰਘ ਜੀ ਦਸੂਹੇ ਵਾਲੇ ਜਿਨ੍ਹਾਂ ਦੇ ਸਿਰ 'ਤੇ ਗੁਰੂ ਨਾਨਕ ਬਾਬਾ ਜੀ ਦਾ ਹੱਥ ਹੈ ਉਹ ਜਿੱਥੇ ਆਪ ਕਥਾ ਕਰਦੇ ਨੇ ਵਿਚਾਰਾਂ ਕਰਦੇ ਨੇ ਉੱਥੇ ਸਤਿਗੁਰ ਇਹਨਾਂ ਦੇ ਸਿਰ 'ਤੇ ਹੱਥ ਰੱਖ ਕੇ ਆਪ ਜਪੈ ਅਵਰੈ ਨਾਮ ਜਪਾਵੇ ਦੀ ਵੀ ਸੇਵਾ ਲੈਂਦੇ ਹੈ ਇੱਦਾਂ ਦੇ ਸੋਹਣੇ ਪ੍ਰਬੰਧ ਕਰਕੇ ਉਦਮ ਕਰਕੇ ਸੰਗਤਾਂ ਨੂੰ ਜੋੜਨ ਦਾ ਉਪਰਾਲਾ ਕਰਦੇ ਨੇ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਸੰਗਤਾਂ ਦੇ ਦਰਸ਼ਨ ਕਰਾਏ ਹੁਣ ਭੁੱਲਾਂ ਬਖਸ਼ ਲੈਣੀਆਂ ਜੀ ਫਤਿਹ ਵਿੱਚ ਅਸੀਸ ਦੇ ਦੇਣੀ ਸਤਿਗੁਰ ਖੀਰਲੇ ਸਵਾਸਾਂ ਤੱਕ ਇਸੇ ਤਰ੍ਹਾਂ ਨਿਸ਼ਕਾਮਤਾ ਨਾਲ ਸੇਵਾ ਲੈਂਦੇ ਰਹਿਣ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ